ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਪੈਰਾਂ ਦਾ ਧਿਆਨ ਆਪਣੇ ਫੇਸ ਨਾਲੋਂ ਵੀ ਵੱਧ ਰੱਖਣ ਦੀ ਲੋੜ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਦੀ ਵੀ ਨੰਗੇ ਪੈਰੀ ਨਹੀਂ ਚੱਲਣਾ ਚਾਹੀਦਾ। ਸਾਡੇ ਹੋਸਪਿਟਲ 'ਚ ਖਾਸ ਕਰ ਜਿਹੜਾ ਇੱਕ ਡਿਪਾਰਟਮੈਂਟ ਅਸੀਂ ਇਸਟੈਬਲਿਸ਼ ਕੀਤਾ ਫੀਲ ਫੁੱਟ ਦੇ ਨਾਂ 'ਤੇ, ਜਿਹਦੇ ਵਿੱਚ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ, ਜਿਹਦੇ 'ਚ ਅਸੀਂ ਮਰੀਜ਼ ਦੀ ਨਿਊਰੋਪੈਥੀ ਨੂੰ ਚੈੱਕ ਕਰਦੇ ਹਾਂ। ਸੋ ਡਾਇਟ ਕੰਟਰੋਲ ਔਰ ਰੈਗੂਲਰ ਐਕਸਰਸਾਈਜ਼ ਕਰਨੀ ਔਰ ਆਪਣੇ ਵੇਟ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ, ਜਿਹਦੇ ਕਰਕੇ ਕਿ ਸ਼ੂਗਰ ਤੋਂ ਹੀ ਬਚਿਆ ਜਾ ਸਕੇ। ਜੇ ਤੁਸੀਂ ਅੱਜ ਵਰਲਡ ਡਾਇਬਟੀਜ਼ ਡੇ ਹੈ ਅਤੇ ਭਾਰਤ ਨੂੰ ਡਾਇਬਟੀਜ਼ ਯਾਨੀ ਕਿ ਸ਼ੂਗਰ ਦੀ ਰਾਜਧਾਨੀ ਆਖਿਆ ਜਾਂਦਾ ਹੈ, ਸ਼ੂਗਰ ਸਾਡੇ ਸਰੀਰ ਦੇ ਉੱਤੇ ਕੀ ਅਸਰ ਪਾਉਂਦੀ ਹੈ? ਕਿਹਾ ਜਾਂਦਾ ਕਿ ਜੇ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਇਕੱਲੀ 100 ਬਿਮਾਰੀਆਂ ਦੀ ਜੜ ਸ਼ੂਗਰ ਹੈ। ਸਾਡੇ ਨਾਲ ਅੱਜ ਅਮਨਦੀਪ ਹੋਸਪਿਟਲ ਦੇ ਪਲਾਸਟਿਕ ਸਰਜਰੀ ਡਿਪਾਰਟਮੈਂਟ ਦੇ ਹੈੱਡ ਡਾਕਟਰ ਰਵੀ ਮਹਾਜਨ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਇਹ ਸ਼ੂਗਰ ਹੈ ਇਹ ਸਾਡੇ ਸਰੀਰ 'ਤੇ ਖਾਸ ਕਰਕੇ ਸਾਡੇ ਪੈਰਾਂ ਦੇ ਉੱਤੇ ਕੀ ਅਸਰ ਪਾਉਂਦੀ ਹੈ। ਡਾਕਟਰ ਸਾਹਿਬ ਨਮਸਕਾਰ ਜੀ। ਨਮਸਕਾਰ ਪੁਨੀਤ ਸਿੰਘ। ਡਾਕਟਰ ਸਾਹਿਬ, ਤੁਸੀਂ ਪਲਾਸਟਿਕ ਸਰਜਨ ਹੋ ਅਤੇ ਬਟ ਡਾਇਬਟੀਜ਼ ਜਿਹੜੀ ਹੈ ਸ਼ੂਗਰ ਦੀ ਬਿਮਾਰੀ ਪੈਰਾਂ ਨੂੰ ਖਾਸ ਕਰਕੇ, ਕਈ ਵਾਰੀ ਅਸੀਂ ਸੁਣਿਆ ਡਾਕਟਰ ਸਾਹਿਬ ਕਿ ਪੈਰ ਚੂਹਾ ਜਿਹੜਾ ਉਹ ਪੈ ਗਿਆ ਜੀ ਚੂਹੇ ਨੂੰ, ਬਜ਼ੁਰਗ ਅਕਸਰ ਸ਼ਿਕਾਇਤ ਕਰਦੇ ਨੇ। ਮੇਰੇ ਦੋਸਤ ਨੇ ਉਹਨਾਂ ਦੀ ਮਦਰ ਨੇ ਵੀ ਸ਼ਿਕਾਇਤ ਕੀਤੀ ਸੀ, ਮੈਨੂੰ ਤਾਂ ਇਹ ਪਤਾ ਲੱਗਿਆ ਵੀ ਪੈਰ ਨੂੰ ਚੂਹਾ ਵੀ ਖਾ ਜਾਂਦਾ ਅਤੇ ਪੇਸ਼ੈਂਟ ਨੂੰ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਪੇਸ਼ੈਂਟਸ ਤੁਹਾਡੇ ਕੋਲ ਵਾਰ ਵਾਰ ਆਉਂਦੇ ਆ। ਹਾਂਜੀ, ਦੇਖੋ ਸ਼ੂਗਰ ਜਿਹੜੀ ਹੈ ਨਾ ਉਹ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਸਰੀਰ ਦੇ ਸਾਰੇ ਅੰਗਾਂ 'ਤੇ ਅਸਰ ਕਰਦੀ ਹੈ ਜੀ। ਔਰ ਜਿੱਥੋਂ ਤੱਕ ਪੈਰ ਦਾ ਤਾਲੁਕ ਹੈ ਪੈਰਾਂ ਦਾ, ਉਹਦੇ 'ਚ ਦੋ ਚੀਜ਼ਾਂ ਜਿਹੜੀਆਂ ਉਹ ਅਫੈਕਟ ਹੁੰਦੀਆਂ ਮੇਨਲੀ। ਉਹਦੇ 'ਚ ਇੱਕ ਤਾਂ ਜਿਹੜੀਆਂ ਪੈਰਾਂ ਦੀਆਂ ਸੈਂਸੇਸ਼ਨਸ ਹੈ ਜਿਹੜਾ ਸਾਨੂੰ ਮਹਿਸੂਸ ਹੋਣਾ, ਉਹਦੀ ਕਮੀ ਆ ਜਾਂਦੀ ਹੈ। ਜਿਸ ਤਰ੍ਹਾਂ ਸਾਡੇ ਕੋਈ ਚੀਜ਼ ਚੁੱਭ ਜੇ, ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਚੂਹਾ ਕੱਟ ਜੇ, ਅਤੇ ਉਹ ਸ਼ੂਗਰ ਦੇ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਇਹਨੂੰ ਨਿਊਰੋਪੈਥੀ ਕਹਿੰਦੇ ਹਾਂ। ਔਰ ਦੂਸਰੀ ਜਿਹੜੀ ਪ੍ਰੋਬਲਮ ਇਹਨਾਂ ਕੇਸਿਸ ਦੇ ਵਿੱਚ ਹੁੰਦੀ ਹੈ ਉਹ ਇਹ ਹੈ ਵੀ ਖੂਨ ਦਾ ਦੌਰਾ ਜਿਹੜਾ ਹੈ ਉਹ ਘੱਟ ਜਾਂਦਾ। ਸੋ ਇਹਨਾਂ ਦੋਵਾਂ ਚੀਜ਼ਾਂ ਕਰਕੇ ਵੀ ਸੈਂਸੇਸ਼ਨਸ ਨਾ ਹੋਣ ਕਰਕੇ ਔਰ ਸਰਕੂਲੇਸ਼ਨ ਜਿਹੜੀ ਹੈ ਘਟੀ ਹੋਣ ਕਰਕੇ ਪੈਰਾਂ ਦੇ ਜ਼ਖਮ ਜਿਹੜੇ ਹੈ ਉਹ ਬਣ ਜਾਂਦੇ ਹੈ, ਔਰ ਉਹਨਾਂ ਜ਼ਖਮ ਨੂੰ ਜਿਹੜਾ ਆਮ ਜ਼ਖਮਾਂ ਦੇ ਨਾਲੋਂ ਠੀਕ ਹੋਣਾ ਵੀ ਮੁਸ਼ਕਲ ਹੁੰਦਾ। ਅੱਛਾ ਡਾਕਟਰ ਸਾਹਿਬ, ਕਿਉਂਕਿ ਤੁਹਾਡਾ ਲੰਬਾ ਸਮਾਂ ਤੁਹਾਡੀ ਪ੍ਰੈਕਟਿਸ ਜਿਹੜੀ ਹੈ, ਤੁਸੀਂ ਮਰੀਜ਼ਾਂ ਦਾ ਇਲਾਜ ਕੀਤਾ, ਜਿਹੜੇ ਡਾਇਬਟਿਕ ਫੁੱਟ ਵਾਲੇ ਪੇਸ਼ੈਂਟ ਨੇ, ਕਿਆ ਉਹਨਾਂ ਦੇ ਪੈਰ ਨੂੰ ਬਚਾਇਆ ਜਾ ਸਕਦਾ? ਕਿਉਂਕਿ ਮੈਂ ਕਈ ਵਾਰੀ ਦੇਖਿਆ ਜੀ ਪੈਰ ਦੇ ਵਿੱਚ, ਇਹ ਤਾਂ ਇੱਕ ਰੀਜ਼ਨ ਹੋ ਗਿਆ ਜੀ ਚੂਹਾ ਕੱਟ ਗਿਆ, ਪੈਰ 'ਚ ਕੋਈ ਪੱਥਰ ਆ ਜਾਏ, ਕੋਈ ਰੋੜਾ ਵੱਜ ਜਾਏ, ਉਹ ਪਤਾ ਨਹੀਂ ਚੱਲਦਾ ਪੇਸ਼ੈਂਟ ਨੂੰ, ਜਿਹਦੇ ਕਰਕੇ ਉਹਦੇ ਕਈ ਵਾਰੀ ਨੌਬਤ ਇੱਥੋਂ ਤੱਕ ਆ ਜਾਂਦੀ ਵੀ ਪੈਰ ਕੱਟਣਾ ਵੀ ਪੈ ਸਕਦਾ ਜੀ। ਬਿਲਕੁਲ, ਇਹ ਬਹੁਤ ਕਾਮਨਲੀ ਦੇਖਿਆ ਗਿਆ ਕਿ ਸ਼ੂਗਰ ਦੇ ਮਰੀਜ਼ ਜਿਹੜੇ ਕਿ ਖਾਸ ਕਰ ਆਪਣੇ ਪੈਰਾਂ ਦਾ ਜਿਹੜਾ ਉਹ ਧਿਆਨ ਨਹੀਂ ਰੱਖਦੇ, ਉਹਨਾਂ 'ਚ ਬਹੁਤ ਵਾਰੀ ਇਹ ਵੀ ਨੌਬਤ ਆ ਜਾਂਦੀ ਹੈ ਕਿ ਸਾਨੂੰ ਪੈਰ ਦਾ ਕੁਛ ਹਿੱਸਾ ਕੱਟਣਾ ਪੈ ਸਕਦਾ, ਔਰ ਕਈ ਵਾਰੀ ਈਵਨ ਪੂਰੀ ਲੱਤ ਕੱਟਣ ਤੱਕ ਦੀ ਵੀ ਨੌਬਤ ਜਿਹੜੀ ਹੈ ਉਹ ਆ ਜਾਂਦੀ ਹੈ। ਸੋ ਇਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਜਿਹੜੀ ਹੈ ਨਾ ਕੁਛ ਅਹਿਤਿਆਤ ਵਰਤਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਔਰ ਉਹਦੇ 'ਚ ਜਿਹੜੀ ਸਰ ਨਾਲੋਂ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਇਹਨਾਂ ਨੂੰ ਆਪਣੀ ਸ਼ੂਗਰ ਕੰਟਰੋਲ 'ਚ ਰੱਖਣੀ ਚਾਹੀਦੀ ਹੈ ਜੀ। ਸੋ ਜਿਹਦੇ ਨਾਲ ਸਿਰਫ ਪੈਰਾਂ ਦੀ ਹੋਈ ਨਹੀਂ, ਵੀ ਬਾਕੀ ਚੀਜ਼ਾਂ ਤੋਂ ਵੀ ਜਿਹੜੀਆਂ ਹੋਰ ਪ੍ਰੋਬਲਮਸ ਹੋ ਸਕਦੀਆਂ ਉਹਨਾਂ ਸ਼ੂਗਰ ਦੀ ਵਜ੍ਹਾ ਨਾਲ, ਉਹਦੇ ਤੋਂ ਵੀ ਬਚਾਅ ਰਹਿੰਦਾ। ਲੇਕਿਨ ਪੈਰਾਂ ਦੇ ਮਾਮਲੇ ਦੀ ਜੇ ਅਸੀਂ ਗੱਲ ਕਰੀਏ ਤਾਂ ਇੱਕ ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਕਦੀ ਵੀ ਨੰਗੇ ਪੈਰੀ ਨਹੀਂ ਚੱਲਣਾ ਚਾਹੀਦਾ ਜੀ। ਔਰ ਉਹਨਾਂ ਨੂੰ ਹਮੇਸ਼ਾ ਜਿਹੜਾ ਹੈ ਨਾ ਆਪਣੇ ਪੈਰਾਂ ਨੂੰ ਇੱਕ ਵਾਰੀ ਡੇਲੀ ਐਗਜ਼ਾਮਿਨ ਖੁਦ ਕਰਨਾ ਚਾਹੀਦਾ ਵੀ ਪੈਰ 'ਤੇ ਉਹਨਾਂ ਨੂੰ ਜਦੋਂ ਕੋਈ ਲੱਗੇ ਵੀ ਕੋਈ ਛੋਟਾ ਜਿਹਾ ਵੀ ਕੋਈ ਜ਼ਖਮ ਬਣ ਗਿਆ ਜਾਂ ਕਿਤੇ ਕੋਈ ਜਿਹੜੀ ਹੈ ਉਹ ਗਮਟੌਲੀ ਟਾਈਪ ਬਣ ਗਈ ਹੈ, ਅਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈ ਆਪਣੇ ਡਾਇਬਟਿਕ ਫੁੱਟ ਸਪੈਸ਼ਲਿਸਟ ਡਾਕਟਰਸ ਜਿਹੜੇ ਹੈ ਉਹਨਾਂ ਨੂੰ ਕੰਸਲਟ ਕਰਨਾ ਚਾਹੀਦਾ। ਔਰ ਆਪਣੇ ਸ਼ੂਜ਼ ਜਿਹੜੇ ਹੈ ਉਹਨਾਂ ਨੂੰ ਵੀ ਰੈਗੂਲਰਲੀ ਚੈੱਕ ਕਰਨਾ ਚਾਹੀਦਾ ਵੀ ਉਹਦੇ ਅੰਦਰ ਕਈ ਵਾਰੀ ਦੇਖੋ ਕੋਈ ਤਿੱਖੀ ਚੀਜ਼ ਲੱਗ ਗਈ, ਕੋਈ ਕਿੱਲ ਲੱਗ ਗਿਆ, ਕੁਛ ਲੱਗ ਗਿਆ, ਅਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ। ਸੋ ਉਹਨਾਂ ਨੂੰ ਆਪਣੇ ਹੱਥ ਅੰਦਰ ਪਾ ਕੇ ਪੈਰ ਦੇ ਵਿੱਚ ਸ਼ੂ ਦੇ ਵਿੱਚ ਉਹਨੂੰ ਵੀ ਚੈੱਕ ਕਰਨਾ ਚਾਹੀਦਾ।
ਔਰ ਇਸ ਤੋਂ ਇਲਾਵਾ ਅਸੀਂ ਯੂਜ਼ਲੀ ਇਹ ਕਹਿੰਦੇ ਹਾਂ ਵੀ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਪੈਰਾਂ ਦਾ ਧਿਆਨ ਆਪਣੇ ਫੇਸ ਨਾਲੋਂ ਵੀ ਵੱਧ ਰੱਖਣ ਦੀ ਲੋੜ ਹੈ। ਮਤਲਬ ਇੰਨੇ ਖਰਾਬ ਹੋ ਜਾਂਦੇ ਜਿਹੜੇ ਪੇਸ਼ੈਂਟ ਨੂੰ ਸ਼ੂਗਰ ਦੀ ਬਿਮਾਰੀ ਹੈ, ਇੰਨੇ ਮਤਲਬ ਪੈਰ ਉਹਦੇ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਉਹਦਾ ਕੇਅਰ ਨਹੀਂ ਡਾਕਟਰ। ਅਤੇ ਇਹਦੇ ਨਾਲ ਨਾਲ ਹੋਰ ਵੀ ਕਿਆ ਆਪਣੇ ਡਿਪਾਰਟਮੈਂਟ ਤੁਸੀਂ ਤਾਂ ਦੇਖੋ ਉਦੋਂ ਹੀ ਪਹੁੰਚਣਾ ਉਹਨੇ ਤੁਹਾਡੇ ਕੋਲ ਜਦੋਂ ਉਹਦੇ ਸਰਜਰੀ ਦੀ ਨੌਬਤ ਆ ਗਈ, ਵੀ ਇੱਥੋਂ ਤੱਕ ਬਚਣ ਵਾਸਤੇ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ, ਜਿਵੇਂ ਤੁਸੀਂ ਦੱਸਿਆ ਉਹ ਆਪਣਾ ਪੈਰਾਂ ਨੰਗੇ ਪੈਰ ਨਾਲ ਚੱਲਣ, ਅਤੇ ਆਪਣੇ ਕੋਲ ਕਿਹੜੀ ਕਿਹੜੀ ਜਿਹੜੀ ਫੈਸਿਲਿਟੀ ਉਹ ਅਵੇਲੇਬਲ ਹੈ? ਦੇਖੋ ਜਿਹੜੇ ਡਾਇਬਟੀਜ਼ ਦੇ ਪੇਸ਼ੈਂਟ ਹੈ ਉਹਨਾਂ ਨੂੰ ਮਿਨੀਮਮ ਸਾਲ 'ਚ ਇੱਕ ਵਾਰੀ ਜਿਹੜਾ ਹੈ ਨਾ ਆਪਣੇ ਪੈਰਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਦੇ ਵਾਸਤੇ ਸਾਡੇ ਹੋਸਪਿਟਲ 'ਚ ਖਾਸ ਕਰ ਜਿਹੜਾ ਇੱਕ ਡਿਪਾਰਟਮੈਂਟ ਅਸੀਂ ਐਸਟੈਬਲਿਸ਼ ਕੀਤਾ ਫੀਲ ਫੁੱਟ ਦੇ ਨਾਂ 'ਤੇ, ਜਿਹਦੇ ਵਿੱਚ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ, ਜਿਹਦੇ 'ਚ ਅਸੀਂ ਮਰੀਜ਼ ਦੀ ਨਿਊਰੋਪੈਥੀ ਨੂੰ ਚੈੱਕ ਕਰਦੇ ਹਾਂ, ਉਹਦੀ ਸਰਕੂਲੇਸ਼ਨ ਨੂੰ ਚੈੱਕ ਕਰਦੇ ਹਾਂ, ਉਹਦੇ ਜਿਹੜਾ ਵੈ ਪ੍ਰੈਸ਼ਰ ਪੁਆਇੰਟਸ ਯੂਨੋ ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਕਿ ਕੋਈ ਪ੍ਰੈਸ਼ਰ ਪੁਆਇੰਟ ਬਣ ਜਾਂਦੇ ਆ ਜਿਹਦੇ ਉੱਤੇ ਪ੍ਰੈਸ਼ਰ ਜਿਹੜਾ ਹੈ ਉਹ ਜ਼ਿਆਦਾ ਆਉਂਦਾ ਅਤੇ ਉਹਦੇ ਕਰਕੇ ਜ਼ਖਮ ਬਣ ਜਾਂਦਾ। ਸੋ ਉਹ ਸਾਰਿਆਂ ਦਾ ਚੈੱਕਅਪ ਜਿਹੜਾ ਹੈ ਉਹ ਲੇਟੈਸਟ ਗੈਜਟਸ ਦੇ ਨਾਲ ਕੀਤਾ ਜਾਂਦਾ, ਔਰ ਫਿਰ ਜਿਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਮੈਡੀਸਨਸ ਦੀ ਜਾਂ ਜਿਹੜੇ ਪ੍ਰੋਟੈਕਟਿਵ ਫੁੱਟਵੇਅਰ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ। ਸ਼ੂਜ਼ ਵੀ ਸਪੈਸ਼ਲੀ ਡਿਜ਼ਾਈਨ ਕੀਤੇ ਜਾਂਦੇ ਆ, ਡਿਜ਼ਾਈਨ ਕੀਤੇ ਜਾਂਦੇ ਆ ਜਿਸ ਤਰ੍ਹਾਂ ਉਹਨਾਂ ਦੇ ਕੋਈ ਮੰਨ ਲਓ ਪ੍ਰੈਸ਼ਰ ਪੁਆਇੰਟ ਬਣ ਰਿਹਾ ਅਤੇ ਉਸ ਜਗ੍ਹਾ 'ਤੇ ਜਿਹੜਾ ਸ਼ੂ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਵੀ ਉੱਥੇ ਪ੍ਰੈਸ਼ਰ ਨਾ ਆਏ, ਕਿਉਂਕਿ ਜਦੋਂ ਉੱਥੇ ਲਗਾਤਾਰ ਪ੍ਰੈਸ਼ਰ ਆਉਂਦਾ ਇੱਕ ਪੁਆਇੰਟ ਦੇ ਉੱਤੇ ਅਤੇ ਉਹਦੇ 'ਤੇ ਜ਼ਖਮ ਬਣਨ ਦਾ ਡਰ ਹੁੰਦਾ ਹੈ। ਇਸੇ ਤਰ੍ਹਾਂ ਜੇ ਉਹਨਾਂ ਨੂੰ ਨਿਊਰੋਪੈਥੀ ਹੈ, ਸਰਕੂਲੇਸ਼ਨ ਘੱਟ ਹੈ, ਉਹਦੇ ਵਾਸਤੇ ਜੋ ਵੀ ਮੈਡੀਸਨਸ ਦੀ ਜਾਂ ਕਿਸੇ ਪ੍ਰੋਸੀਜਰ ਦੀ ਲੋੜ ਹੈ ਉਹਨਾਂ ਨੂੰ ਸੁਜੈਸਟ ਕੀਤਾ ਜਾ ਸਕਦਾ। ਸੋ ਸ਼ੂਗਰ ਦੇ ਮਰੀਜ਼ਾਂ ਨੂੰ ਸਾਲ 'ਚ ਇੱਕ ਵਾਰੀ ਆਪਣਾ ਜਿਹੜਾ ਪੈਰਾਂ ਦਾ ਚੈੱਕਅਪ ਜਿਹੜਾ ਹੈ ਉਹ ਜ਼ਰੂਰ ਕਰਾਉਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਦੇਖੋ ਜਾਣਕਾਰੀ ਦੇ ਮੁਤਾਬਿਕ ਇਹ ਕਿ ਸ਼ੂਗਰ ਬਾਕੀ ਅੰਗਾਂ 'ਤੇ ਪ੍ਰਭਾਵ ਪਾਉਂਦੀ, ਕਿਡਨੀਆਂ ਖਰਾਬ ਕਰਨ ਦੀ, ਹਾਰਟ ਜਿਹੜੀ ਉਹ ਉਹਨੂੰ ਇਫੈਕਟ ਕਰਦੀ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ। ਸ਼ੂਗਰ ਤੋਂ ਬਚਣ ਵਾਸਤੇ ਕਈ ਲੋਕ ਐਸੇ ਵੀ ਮਿਲਦੇ ਨੇ, ਆਏ ਹੋਣੇ ਤੁਹਾਡੇ ਕੋਲ ਪੇਸ਼ੈਂਟ, ਵੀ ਮੈਂ ਤਾਂ ਖੰਡ ਬਿਲਕੁਲ ਖਾਂਦਾ ਹੀ ਨਹੀਂ, ਮਿੱਠਾ ਖਾਂਦਾ ਹੀ ਨਹੀਂ, ਫਿਰ ਮੈਨੂੰ ਸ਼ੂਗਰ ਹੋ ਗਈ ਹੈ। ਦੇਖੋ ਇਹ ਇੱਕ ਮਿੱਥ ਹੈਗਾ ਵੀ ਸਿਰਫ ਸ਼ੂਗਰ ਖਾਣ ਦੇ ਨਾਲ ਹੁੰਦੀ ਹੈ, ਇਸ ਤਰ੍ਹਾਂ ਨਹੀਂ ਹੈ। ਦੇਖੋ ਬੋਡੀ ਦੇ ਵਿੱਚ ਅਸੀਂ ਜੋ ਵੀ ਖਾਂਦੇ ਹਾਂ, ਕਾਰਬੋਹਾਈਡਰੇਟਸ ਖਾਂਦੇ ਹਾਂ ਜਾਂ ਕੁਛ ਖਾਂਦੇ ਹਾਂ, ਅਲਟੀਮੇਟਲੀ ਸ਼ੂਗਰ ਦੇ ਵਿੱਚ ਤਬਦੀਲ ਹੁੰਦਾ ਹੈ। ਸੋ ਸ਼ੂਗਰ ਤੋਂ ਬਚਣ ਵਾਸਤੇ ਸਾਨੂੰ ਜਿਹੜੀ ਚੀਜ਼ਾਂ ਦੀ ਲੋੜ ਹੈ ਉਹਦੇ 'ਚ ਇੱਕ ਤਾਂ ਇਹ ਹੈ ਵੀ ਆਪਣਾ ਵੇਟ ਗੇਨ ਜਿਹੜਾ ਹੈ ਉਹਨੂੰ ਕੰਟਰੋਲ 'ਚ ਰੱਖਣਾ ਚਾਹੀਦਾ ਹੈ, ਓਬੈਸਿਟੀ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਇੱਕ ਕਾਰਨ ਹੈ, ਔਰ ਦੂਸਰਾ ਜਿਹੜੀ ਤੁਹਾਡੀ ਡਾਇਟ ਹੈ, ਡਾਇਟ ਤੁਹਾਡੀ ਬੈਲੈਂਸਡ ਹੋਣੀ ਚਾਹੀਦੀ ਹੈ। ਡਾਇਟ ਦੇ ਵਿੱਚ ਤੁਹਾਡੇ ਕਾਰਬੋਹਾਈਡਰੇਟਸ ਦੀ ਖਾਸ ਕਰ ਜਿਹੜੀ ਤਾਦਾਦ ਹੈ ਉਹ ਘੱਟ ਹੋਣੀ ਚਾਹੀਦੀ ਹੈ। ਫਿਰ ਤੁਹਾਨੂੰ ਰੈਗੂਲਰਲੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਦੇਖੋ ਜੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜਾ ਇੰਡੀਆ ਹੈ ਉਹ ਡਾਇਬਟੀਜ਼ ਦੀ ਕੈਪੀਟਲ ਹੈ, ਮਤਲਬ ਸਾਰੇ ਵਰਲਡ ਦੇ 25% ਜਿਹੜੇ ਪੇਸ਼ੈਂਟ ਹੈ ਡਾਇਬਟੀਜ਼ ਦੇ ਉਹ ਇੰਡੀਆ ਦੇ ਵਿੱਚ ਹੈ, ਔਰ ਉਹਦਾ ਕਾਰਨ ਇਹ ਹੈ ਵੀ ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ। ਅਸੀਂ ਸਾਡੀ ਜਿਹੜਾ ਲਾਈਫ ਸਟਾਈਲ ਹੈ ਉਹ ਬੜਾ ਸਿਡੈਂਟਰੀ ਹੋ ਗਿਆ, ਅਸੀਂ ਜ਼ਿਆਦਾ ਚੱਲਦੇ ਨਹੀਂ ਹਾਂ। ਸੋ ਇਸ ਕਰਕੇ ਰੈਗੂਲਰ ਐਕਸਰਸਾਈਜ਼, ਸੋ ਡਾਇਟ ਕੰਟਰੋਲ ਔਰ ਰੈਗੂਲਰ ਐਕਸਰਸਾਈਜ਼ ਕਰਨੀ ਔਰ ਆਪਣੇ ਵੇਟ ਨੂੰ ਕੰਟਰੋਲ 'ਚ ਰੱਖਣਾ ਇਹ ਬਹੁਤ ਜ਼ਰੂਰੀ ਹੈ, ਜਿਹਦੇ ਕਰਕੇ ਕਿ ਸ਼ੂਗਰ ਤੋਂ ਹੀ ਬਚਿਆ ਜਾ ਸਕੇ। ਜੇ ਤੁਸੀਂ ਸ਼ੂਗਰ ਤੋਂ ਬਚ ਗਏ ਜਾਂ ਸ਼ੂਗਰ ਜੇ ਕਿਸੇ ਨੂੰ ਹੋ ਵੀ ਗਈ ਤਾਂ ਉਹਨੂੰ ਸ਼ੂਗਰ ਨੂੰ ਕੰਟਰੋਲ 'ਚ ਰੱਖ ਪਾਏ ਇਹਨਾਂ ਚੀਜ਼ਾਂ ਨਾਲ ਪਲੱਸ ਮੈਡੀਸਨਸ ਦੇ ਨਾਲ, ਤਾਂ ਕਿ ਉਹ ਜਿਹੜੇ ਡਾਇਬਟੀਜ਼ ਸਪੈਸ਼ਲਿਸਟ ਹੈ ਉਹਨਾਂ ਨੂੰ ਜੋ ਵੀ ਮੈਡੀਸਨ ਪ੍ਰਸਕ੍ਰਾਈਬ ਕੀਤੀ ਜਾਵੇ ਜਾਂ ਕੋਈ ਇੰਜੈਕਸ਼ਨ ਪ੍ਰਸਕ੍ਰਾਈਬ ਕੀਤੇ ਜਾਣ, ਔਰ ਉਹਦੇ ਨਾਲ ਨਾਲ ਡਾਇਟ ਔਰ ਐਕਸਰਸਾਈਜ਼ ਉਹ ਦੋਵਾਂ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਇਸ ਤਰ੍ਹਾਂ ਦੇ ਪੇਸ਼ੈਂਟ ਨਹੀਂ ਆਉਂਦੇ ਵੀ ਡਾਕਟਰ ਸਾਹਿਬ ਸੈਰ ਨਾ ਕਰਨੀ ਪਏ ਅਤੇ ਖਾਣਾ ਵੀ ਘੱਟ ਨਾ ਕਰਨਾ ਪਏ, ਕੋਈ ਦਵਾਈ ਦੇ ਦਿਓ ਪਹਿਲਾਂ ਹੀ ਵੀ ਸਾਨੂੰ ਸ਼ੂਗਰ ਨਾ ਹੋਵੇ? ਨਹੀਂ, ਦੇਖੋ ਜਾਂ ਪਤਲੇ ਹੋ ਜਾਈਏ,
ਦੇਖੋ ਇਸ ਤਰ੍ਹਾਂ ਹੈ ਵੀ ਸ਼ੂਗਰ ਦਾ ਇਲਾਜ ਜਿਹੜਾ ਪਹਿਲਾਂ ਦਵਾਈਆਂ ਨਾਲ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਦਵਾਈਆਂ ਦੇ ਨਾਲ ਨਾਲ ਆਪਣਾ ਡਾਇਟ ਕੰਟਰੋਲ ਔਰ ਰੈਗੂਲਰ ਐਕਸਰਸਾਈਜ਼, ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ। ਜੇ ਕੋਈ ਇਹ ਸੋਚੇ ਵੀ ਮੈਂ ਇਕੱਲੀਆਂ ਦਵਾਈਆਂ ਖਾ ਕੇ ਕੰਟਰੋਲ 'ਚ ਰੱਖ ਲਵਾਂਗਾ ਤਾਂ ਉਹ ਨਹੀਂ ਪੋਸੀਬਲ, ਉਹ ਨਹੀਂ ਹੋ ਪਾਉਂਦਾ। ਮਤਲਬ ਉਹਦੇ ਨਾਲ ਉਹਦੀ ਮੈਡੀਸਨ ਦੀ ਜਿਹੜੀ ਉਹ ਡੋਜ਼ ਵੱਧਦੀ ਜਾਏਗੀ ਜੇ ਬੰਦਾ ਆਪਣੀ ਐਕਸਰਸਾਈਜ਼ ਨਹੀਂ ਕਰਦਾ, ਜਾਂ ਹੋਰ ਜਿਹੜੀਆਂ ਚੀਜ਼ਾਂ ਗਾਈਡਲਾਈਨਸ ਜੋ ਵੀ ਹੈਗੀਆਂ ਸ਼ੂਗਰ ਕੰਟਰੋਲ ਕਰਨ ਵਾਸਤੇ ਜੋ ਨਹੀਂ ਕਰਦਾ। ਹਾਂਜੀ ਹਾਂਜੀ ਬਿਲਕੁਲ, ਇਹ ਦੋਨੋਂ ਚੀਜ਼ਾਂ ਜਿਹੜੀਆਂ ਨਾ ਲਾਈਫ ਸਟਾਈਲ ਚੇਂਜਸ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਹੈ। ਫਿਰ ਅਸਰ ਤੁਹਾਡੀ ਟੀਮ ਦੇ ਵਿੱਚ ਦੇਖੋ, ਮੈਨੂੰ ਯਾਦ ਹੈ ਕਿ ਪਹਿਲੇ ਤੁਸੀਂ ਇਕੱਲੇ ਪਲਾਸਟਿਕ ਸਰਜਨ ਹੁੰਦੇ ਸੀਗੇ, ਜਦੋਂ ਤੁਸੀਂ ਨਵਾਂ ਨਵਾਂ ਜੁਆਇਨ ਕੀਤਾ ਸੀ ਤੁਸੀਂ ਪ੍ਰੋਫੈਸਰ ਸੀਗੇ ਮੈਡੀਕਲ ਕਾਲਜ ਦੇ ਵਿੱਚ, ਬਹੁਤ ਸਾਰੇ ਤੁਸੀਂ ਇਕੱਠੇ ਹੱਥ ਜੋੜੇ ਹੈ ਲੋਕਾਂ ਦੇ, ਉਦੋਂ ਇੱਕੋ ਹੀ ਅਮਨਦੀਪ ਹੋਸਪਿਟਲ ਦੇ ਵਿੱਚ ਹੁੰਦਾ ਸੀ। ਕਿਆ ਪੂਰੀ ਟੀਮ ਤੁਹਾਡੀ ਹੈ ਜਿਹੜੀ ਪੇਸ਼ੈਂਟ ਦੀ ਸ਼ੂਗਰ ਅਨਕੰਟਰੋਲਡ ਹੈ ਜਾਂ ਉਹਦੇ ਪੈਰ 'ਚ ਕੋਈ ਪ੍ਰੋਬਲਮ ਹੋ ਗਈ ਹੈ ਅਤੇ ਉਹਦੇ ਫੁੱਟ ਨੂੰ ਕੱਟਣ ਤੋਂ ਬਚਾਇਆ ਜਾਏ? ਦੇਖੋ ਐਜ਼ ਏ ਪਲਾਸਟਿਕ ਸਰਜਨ ਜਦੋਂ ਸਾਡੇ ਕੋਲ ਇੱਦਾਂ ਦੇ ਪੇਸ਼ੈਂਟ ਆਉਂਦੇ ਆ ਤਾਂ ਸਾਡੀ ਭਰਪੂਰ ਕੋਸ਼ਿਸ਼ ਇਹੀ ਹੁੰਦੀ ਹੈ ਵੀ ਉਹਨਾਂ ਨੂੰ ਐਂਪੂਟੇਸ਼ਨ ਤੋਂ ਬਚਾਇਆ ਜਾ ਸਕੇ। ਔਰ ਉਹਦੇ ਵਾਸਤੇ ਪਲਾਸਟਿਕ ਸਰਜਨ ਜਿਹੜੇ ਹੈ ਦੇ ਆਰ ਐਕਚੁਲੀ ਐਡਵਾਂਸਡ ਵੂੰਡ ਕੇਅਰ ਸਪੈਸ਼ਲਿਸਟ ਆਲਸੋ ਜੀ, ਬਿਕੋਜ਼ ਅਸੀਂ ਉਹਦੇ 'ਚ ਦੋ ਚੀਜ਼ਾਂ ਦੇਖੋ ਇੰਪੋਰਟੈਂਟ ਹੁੰਦੀਆਂ ਵੀ ਜਦੋਂ ਸ਼ੂਗਰ ਦੀ ਵਜ੍ਹਾ ਨਾਲ ਪੈਰ ਖਰਾਬ ਹੋ ਜਾਂਦਾ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਮਾਸ ਉੱਥੇ ਖਰਾਬ ਹੋ ਗਿਆ ਪਹਿਲੇ ਉਹਨੂੰ ਕੱਢਿਆ ਜਾਏ ਔਰ ਫਿਰ ਉੱਥੇ ਜੇ ਜਿਸ ਤਰ੍ਹਾਂ ਦੀ ਲੋੜ ਹੋਵੇ ਤਾਂ ਉੱਥੇ ਮਾਸ ਲਗਾਇਆ ਜਾਵੇ ਜੀ ਜਿਹੜਾ। ਸੋ ਉਹ ਇਹ ਪਲਾਸਟਿਕ ਸਰਜਨਸ ਜਿਹੜਾ ਹੈ ਉਹ ਇਹ ਚੀਜ਼ ਜਿਹੜੀ ਹੈ ਉਹ ਬਖੂਬੀ ਕਰ ਸਕਦੇ ਹੈ। ਲੇਕਿਨ ਉਹਦੇ ਨਾਲ ਨਾਲ ਦੇਖੋ ਇਹਦੇ 'ਚ ਇੱਕ ਚੀਜ਼ ਜਿਹੜੀ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਡਾਇਬਟੀਜ਼ ਫੁੱਟ ਦੀ ਪ੍ਰੋਬਲਮ ਹੈ ਉਹ ਪਲਾਸਟਿਕ ਸਰਜਨ ਦੇ ਨਾਲ ਨਾਲ ਸਾਨੂੰ ਔਰਥੋਪੈਡਿਕ ਸਰਜਨ ਦੀ ਔਰ ਪੋਡੈਟ੍ਰਿਸ ਦੀ ਵੀ ਲੋੜ ਹੁੰਦੀ ਹੈ। ਔਰ ਅਸੀਂ ਆਪਣੇ ਹੋਸਪਿਟਲ ਦੇ ਵਿੱਚ ਇੱਕ ਜਿਹੜੀ ਹੈ ਮਲਟੀ ਸਪੈਸ਼ਲਿਟੀ ਟੀਮ ਜਿਹੜੀ ਹੈ ਜਾਂ ਇੰਟਰ ਪ੍ਰੋਫੈਸ਼ਨਲ ਟੀਮ ਜਿਹੜੀ ਹੈ ਉਹ ਬਣਾਈ ਹੋਈ ਹੈ ਤਾਂ ਕਿ ਜਿੱਥੇ ਸਾਨੂੰ ਔਰਥੋਪੈਡਿਕ ਸਰਜਨ ਦੀ ਲੋੜ ਹੁੰਦੀ ਹੈ, ਜਿੱਥੇ ਸਾਨੂੰ ਪੋਡੈਟ੍ਰਿਸਟ ਦੀ ਲੋੜ ਹੁੰਦੀ ਹੈ ਜਿਹੜੇ ਕਿ ਸਾਨੂੰ ਗਾਈਡ ਕਰਦੇ ਆ ਵੀ ਇਹ ਪੇਸ਼ੈਂਟ ਨੂੰ ਕਿਸ ਤਰ੍ਹਾਂ ਦਾ ਫੁੱਟਵੇਅਰ ਜਿਹੜਾ ਹੈ ਉਹ ਸੂਟੇਬਲ ਹੋਏਗਾ ਔਰ ਉਸ ਕਸਟਮਾਈਜ਼ਡ ਮਤਲਬ ਪਰਟੀਕੁਲਰ ਪੇਸ਼ੈਂਟ ਵਾਸਤੇ ਸਪੈਸ਼ਲ ਫੁੱਟਵੇਅਰ ਜਿਹੜਾ ਉਹ ਬਣਾ ਕੇ ਦਿੱਤਾ ਜਾਂਦਾ ਹੈ। ਔਰ ਜਿੱਥੇ ਲੋੜ ਹੁੰਦੀ ਹੈ ਵੀ ਉੱਥੇ ਅਸੀਂ ਸਰਜਰੀ ਦੀ ਉੱਥੇ ਪਲਾਸਟਿਕ ਸਰਜਨ ਦਾ ਰੋਲ ਹੁੰਦਾ। ਸਰ ਜਿਵੇਂ ਤੁਸੀਂ ਦੱਸਿਆ ਵੀ ਨੰਗੇ ਪੈਰੀ ਨਹੀਂ ਘੁੰਮਣਾ ਚਾਹੀਦਾ, ਹੁਣ ਆਪਣੇ ਪੈਰ ਜਿਹੜੇ ਆ ਰੋਜ਼ ਧੋਣੇ ਚਾਹੀਦੇ ਹੈ ਅਤੇ ਜਦੋਂ ਵੀ ਤੁਸੀਂ ਦੇਖੋ ਜਦੋਂ ਤੁਸੀਂ ਬੈਠੋ ਇੱਕ ਵਾਰੀ ਆਪਣੇ ਪੈਰ ਨੂੰ ਝਾਤੀ ਮਾਰ ਲਿਓ ਕਿ ਕੋਈ ਕਿਤੇ ਕਿਲ ਕੰਡਾ ਤਾਂ ਨਹੀਂ ਜੁੜ ਗਿਆ। ਹੋਰ ਕਿਆ ਕਿਆ ਡਾਕਟਰ ਸਾਹਿਬ ਚੀਜ਼ਾਂ ਹੈਗੀਆਂ ਜਿਹਦੇ ਨਾਲ ਇਸ ਚੀਜ਼ ਤੋਂ ਐਂਪੂਟੇਸ਼ਨ ਤੋਂ ਬਚਿਆ ਜਾ ਸਕਦਾ? ਪੇਸ਼ੈਂਟ ਦੇਖੋ ਬਹੁਤ ਸਾਰਿਆਂ ਨਾਲ ਡਾਕਟਰਾਂ ਨਾਲ ਵੀ ਗੱਲ ਹੁੰਦੀ ਹੈ, ਡਾਕਟਰ ਸਾਹਿਬ ਪੇਸ਼ੈਂਟਸ ਨਾਲ ਵੀ ਗੱਲ ਹੁੰਦੀ ਹੈ। ਅਕਸਰ ਦੇਖਣ 'ਚ ਆਇਆ ਜੋ ਗਾਈਡਲਾਈਨ ਜਾਰੀ ਕੀਤੀਆਂ ਹੁੰਦੀਆਂ ਨਾ ਜੋ ਡਾਕਟਰ ਪੇਸ਼ੈਂਟ ਨੂੰ ਕਹਿੰਦਾ ਉਹ ਕੁਛ ਕੁ ਦਿਨ ਤਾਂ ਫੋਲੋ ਕਰਦਾ ਪਰ ਉਹ ਹਫ਼ਤਾ ਕੀ ਮਤਲਬ ਮੇਰੇ ਵਰਗਾ ਜਿਹੜਾ ਲਥਾਰਜਿਕ ਬੰਦਾ ਨਾ ਜੀ ਜਿਹੜੇ ਐਕਸਰਸਾਈਜ਼ ਕਦੀ ਨਹੀਂ ਕੀਤੀ ਉਹ ਸੋਚਦਾ ਯਾਰ ਹਫ਼ਤਾ ਕੁ ਕਰ ਲਿਆ ਬਹੁਤ ਆ ਹੁਣ ਹਫ਼ਤਾ ਛੁੱਟੀ ਮਾਰ ਲਈਏ ਫਿਰ ਉਹ ਛੁੱਟੀ ਕੀਤੀ ਅਤੇ ਕੰਮ ਖਤਮ। ਨਹੀਂ ਦੇਖੋ ਇਹਦੇ 'ਚ ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਡਿਸਿਪਲਿਨਡ ਲਾਈਫ ਜੀਣ ਦੀ ਜ਼ਰੂਰਤ ਹੁੰਦੀ ਹੈ ਰਿਗਾਰਡਿੰਗ ਦੇਅਰ ਮੈਡੀਸਨਸ ਰਿਗਾਰਡਿੰਗ ਦੇਅਰ ਐਕਸਰਸਾਈਜ਼ ਰਿਗਾਰਡਿੰਗ ਦੇਅਰ ਡਾਇਟ ਔਰ ਉਸਦੇ ਇਲਾਵਾ ਜਿਹੜਾ ਪੈਰਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਪੈਰਾਂ ਨੂੰ ਰੈਗੂਲਰਲੀ ਚੈੱਕ ਕਰਨਾ, ਨੰਗੇ ਪੈਰ ਚੱਲਣ ਤੋਂ ਬਚਣਾ, ਆਪਣੇ ਸ਼ੂਜ਼ ਨੂੰ ਡੇਲੀ ਦੇਖਣਾ ਔਰ ਇੱਕ ਚੀਜ਼ ਬੜੀ ਇੰਪੋਰਟੈਂਟ ਹੋਰ ਜਿਹੜੀ ਮੈਂ ਕਹਿਣਾ ਚਾਹਾਂਗਾ ਉਹ ਇਹ ਹੈ ਕਿਉਂਕਿ ਸਰਦੀਆਂ ਆ ਰਹੀਆਂ ਅੱਗੇ ਬਹੁਤ ਵਾਰੀ ਸਾਡੇ ਕੋਲ ਸਰਦੀਆਂ ਦੇ ਵਿੱਚ ਜਿਹੜੇ ਹੈ ਸ਼ੂਗਰ ਦੇ ਮਰੀਜ਼ ਆਉਂਦੇ ਹੈ ਉਹ ਸਰਦੀ ਤੋਂ ਬਚਣ ਵਾਸਤੇ ਆਪਣੇ ਪੈਰਾਂ ਉੱਤੇ ਕੋਲ ਹੌਟ ਵਾਟਰ ਬੋਟਲ ਰੱਖ ਲੈਂਦੇ ਆ ਜਾਂ ਸਕਾਈ ਕਰਨ ਲੱਗ ਜਾਂਦੇ ਆ ਹੀਟਰ ਦੇ ਅੱਗੇ। ਸੋ ਉਹਨਾਂ ਦੀਆਂ ਚੁੱਕੀ ਸੈਂਸੇਸ਼ਨਸ ਜਿਹੜੀਆਂ ਇਫੈਕਟ ਹੋਈਆਂ ਹੁੰਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਿਹੜਾ ਉਹ ਪੈਰ ਜਲ ਜਾਂਦਾ। ਸੋ ਚੂੰਕਿ ਵਿੰਟਰ ਆ ਰਹੀ ਹੈ ਸੋ ਮੈਂ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਦੱਸਣਾ ਚਾਹਾਂਗਾ
ਕਿ ਉਹਨਾਂ ਨੂੰ ਡਾਇਰੈਕਟ ਹੀਟ ਜਿਹੜੀ ਹੈ ਉਹ ਅਵੋਇਡ ਕਰਨੀ ਚਾਹੀਦੀ ਹੈ, ਨਾ ਹੀ ਤਾਂ ਉਹ ਹੋਟ ਵਾਟਰ ਬੋਟਲ ਯੂਜ਼ ਕਰਨ ਪੈਰਾਂ ਵਾਸਤੇ, ਔਰ ਨਾ ਹੀ ਉਹ ਡਾਇਰੈਕਟ ਹੀਟਰ 'ਤੇ ਜਾਂ ਅੱਗ ਦੇ ਅੱਗੇ ਜਿਹੜਾ ਵੈ ਸੇਕਣ, ਕਿਉਂਕਿ ਉਹਦੇ 'ਚ ਪੈਰ ਜਿਹੜੇ ਆ ਉਹ ਜਲ ਸਕਦੇ ਆ, ਉਹ ਸਿਰਫ ਆਪਣਾ ਜਿਹੜੀਆਂ ਗਰਮ ਸੌਕਸ ਯੂਜ਼ ਕਰ ਸਕਦੇ ਆ ਜਾਂ ਆਪਣਾ ਬਲੈਂਕਟ ਵਗੈਰਾ ਨਾਲ ਕਵਰ ਕਰਕੇ ਰੱਖਣ, ਡਾਇਰੈਕਟ ਹੀਟ ਨਹੀਂ ਯੂਜ਼ ਕਰਨੀ। ਦਰਸ਼ਕ, ਹੋਟ ਵਾਟਰ ਬੋਟਲ ਜਿਹੜੀ ਹੈ ਉਹਦੇ ਨਾਲ ਵੀ ਪੈਰ ਜਲ ਜਾਂਦਾ? ਉਹਦੇ ਨਾਲ ਵੀ ਪੈਰ ਜਲ ਜਾਂਦਾ, ਕਿਉਂਕਿ ਜੇ ਹੋਟ ਵਾਟਰ ਬੋਟਲ ਤੁਸੀਂ ਰੱਖੀ ਹੈ ਅਤੇ ਜੇ ਉਹ ਬਹੁਤ ਗਰਮ ਹੋ ਗਈ ਤਾਂ ਤੁਹਾਡੀ ਜੇ ਮਹਿਸੂਸ ਕਰੋਗੇ ਸ਼ਕਤੀ ਨੋਰਮਲ ਹੈ, ਫਿਰ ਤਾਂ ਤੁਸੀਂ ਉਹ ਪੈਰ ਹਟਾ ਲਓਗੇ ਜਾਂ ਬੋਟਲ ਹਟਾ ਲਓਗੇ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਅਤੇ ਉਹ ਲਗਾਤਾਰ ਉਹਨੇ ਅਲਟੀਮੇਟਲੀ ਸਾੜ ਦੇਣਾ ਚਮੜੀ ਨੂੰ, ਨੁਕਸਾਨਦਾਇਕ ਹੈ। ਡਾਇਰੈਕਟ ਹੀਟ ਜਿਹੜੀ ਹੈ ਉਹਨਾਂ ਨੇ ਅਵੋਇਡ ਕਰਨੀ ਹੈ, ਸਿਰਫ ਉਹ ਵੂਲਨ ਸੌਕਸ ਯੂਜ਼ ਕਰ ਸਕਦੇ ਹੈ ਜਾਂ ਕੋਈ ਕੱਪੜੇ ਨਾਲ ਕਵਰ ਕਰ ਸਕਦੇ ਹੈ, ਲੇਕਿਨ ਡਾਇਰੈਕਟ ਹੀਟ ਨਹੀਂ। ਮਤਲਬ ਨੈਚੁਰਲ ਅੱਛਾ ਵੀ ਕਿ ਸ਼ੂਗਰ ਦੇ ਪੇਸ਼ੈਂਟਸ ਨੂੰ ਆਪਣੇ ਪੈਰਾਂ ਦਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਭ ਤੋਂ ਜਿਹੜੇ ਜ਼ਿਆਦਾ ਫਰਕ ਸਭ ਤੋਂ ਪਹਿਲੇ ਅਸਰ ਜਿਹੜਾ ਪੈਰਾਂ 'ਤੇ ਹੁੰਦਾ। ਬਿਲਕੁਲ, ਜੇ ਸਾਰੀਆਂ ਪ੍ਰੀਕੋਸ਼ਨਸ ਲਿੱਤੀਆਂ ਜਾਂਦੀਆਂ ਨਾ ਜਿੱਥੇ ਪੇਸ਼ੈਂਟ ਆਪਣੇ ਆਪ ਨੂੰ ਐਂਪੂਟੇਸ਼ਨ ਤੋਂ ਬਚਾ ਸਕਦੇ ਹੈ, ਅਦਰਵਾਈਜ਼ ਜਿਸ ਤਰ੍ਹਾਂ ਮੈਂ ਦੱਸਿਆ ਬਹੁਤ ਸਾਰੇ ਮਰੀਜ਼ ਜਿਹੜੇ ਹੈ ਜਿਹੜੇ ਆਪਣੇ ਪੈਰਾਂ ਦਾ ਖਿਆਲ ਨਹੀਂ ਰੱਖਦੇ, ਔਰ ਜਦੋਂ ਵੀ ਉਹਨਾਂ ਨੂੰ ਛੋਟਾ ਜਿਹਾ ਵੀ ਕਿਤੇ ਜ਼ਖਮ ਜਿਹੜਾ ਉਹ ਜੇ ਨਜ਼ਰ ਆਵੇ ਤਾਂ ਉਹਨਾਂ ਨੂੰ ਇਮੀਡੀਏਟਲੀ ਡਾਇਬਟਿਕ ਫੁੱਟ ਸਪੈਸ਼ਲਿਸਟ ਨੂੰ ਕੰਸਲਟ ਕਰਨਾ ਚਾਹੀਦਾ, ਕਿਉਂਕਿ ਉਹ ਛੋਟਾ ਜਿਹਾ ਜ਼ਖਮ ਜਿਹੜਾ ਹੈ ਨਾ ਵਿਦਇਨ ਡੇਜ਼ ਜਿਹੜਾ ਉਹ ਇੰਨਾ ਕੁ ਖਰਾਬ ਹੋ ਸਕਦਾ ਕਿ ਅਲਟੀਮੇਟਲੀ ਐਂਪੂਟੇਸ਼ਨ ਦੀ ਨੌਬਤ ਆ ਸਕਦੀ ਹੈ। ਡਾਕਟਰ, ਤੁਸੀਂ ਕੁਛ ਹੋਰ ਦੱਸਣਾ ਚਾਹੋ ਪੇਸ਼ੈਂਟਸ ਨੂੰ? ਦੇਖੋ, ਆਈ ਥਿੰਕ ਵੀ ਹੈਵ ਡਿਸਕਸਡ ਮੋਸਟ ਆਫ ਦਾ ਥਿੰਗਸ, ਜ਼ਿਆਦਾਤਰ ਚੀਜ਼ਾਂ ਜਿਹੜੀਆਂ ਮੈਂ ਇਹੀ ਕਹਿਣਾ ਮੈਸੇਜ ਇਹੀ ਦੇਣਾ ਚਾਹਾਂਗਾ ਕਿ ਸ਼ੂਗਰ ਦੇ ਮਰੀਜ਼ ਆਪਣੇ ਪੈਰਾਂ ਦਾ ਪੂਰਾ ਖਿਆਲ ਰੱਖਣ ਤਾਂ ਕਿ ਉਹ ਜਿਹੜਾ ਐਂਪੂਟੇਸ਼ਨ ਤੋਂ ਬਚ ਸਕਣ, ਉਹਦੇ ਵਾਸਤੇ ਆਪਣਾ ਸਪੈਸ਼ਲਾਈਜ਼ਡ ਫੁੱਟਵੇਅਰ ਜਿਹੜੇ ਹੈ ਉਹ ਯੂਜ਼ ਕਰਨੇ ਚਾਹੀਦੇ ਹੈ, ਔਰ ਆਪਣੇ ਪੈਰ ਜਿਹੜੇ ਹੈ ਉਹ ਲਗਾਤਾਰ ਉਹਨਾਂ ਨੂੰ ਚੈੱਕਅਪ ਕਰਨਾ ਚਾਹੀਦਾ, ਸ਼ੂਗਰ ਕੰਟਰੋਲ 'ਚ ਰੱਖਣੀ ਚਾਹੀਦੀ ਹੈ, ਨੰਗੇ ਪੈਰ ਨਹੀਂ ਚੱਲਣਾ ਚਾਹੀਦਾ, ਡਾਇਰੈਕਟ ਹੀਟ ਜਿਹੜੀ ਹੈ ਉਹ ਪੈਰਾਂ ਦੇ ਉੱਤੇ ਨਹੀਂ ਯੂਜ਼ ਕਰਨੀ ਚਾਹੀਦੀ, ਔਰ ਕਦੀ ਵੀ ਛੋਟਾ ਜਿਹਾ ਜ਼ਖਮ ਬਣੇ ਤਾਂ ਉਸੇ ਵੇਲੇ ਡਾਕਟਰ ਦੀ ਸਲਾਹ ਲੈਣ। ਧੰਨਵਾਦ ਸਰ, ਮੈਂ ਗੱਲ ਕਰਨੀ ਇਸ ਹਨ ਡਾਕਟਰ ਰਵੀ ਮਹਾਜਨ, ਅਮਨਦੀਪ ਹੋਸਪਿਟਲ ਦੇ ਪਲਾਸਟਿਕ ਸਰਜਰੀ ਡਿਪਾਰਟਮੈਂਟ ਦੇ ਹੈੱਡ ਨੇ, ਬਹੁਤ ਸਾਰੇ ਪਲਾਸਟਿਕ ਸਰਜਨਾਂ ਨੂੰ ਟ੍ਰੇਨਿੰਗ ਦੇ ਚੁੱਕੇ ਨੇ ਅਤੇ ਆਲ ਇੰਡੀਆ ਪਲਾਸਟਿਕ ਸਰਜਰੀ ਐਸੋਸੀਏਸ਼ਨ ਉਹਦੇ ਹੈੱਡ ਵੀ ਰਹਿ ਚੁੱਕੇ ਨੇ। ਬੜਾ ਇਹਨਾਂ ਨੇ ਸਪਸ਼ਟ ਦੱਸਿਆ ਕਿ ਕਿਸ ਤਰ੍ਹਾਂ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ। ਪਹਿਲੇ ਤਾਂ ਆਪਣੇ ਖਾਣ ਪਾਣ ਦਾ ਧਿਆਨ ਰੱਖੋ ਅਤੇ ਆ ਕੇ ਤੁਹਾਨੂੰ ਸ਼ੂਗਰ ਹੋਏ ਨੇ, ਪਰ ਅਨਫੋਰਚੁਨੇਟਲੀ ਬਦਕਿਸਮਤੀ ਹੈ ਸਾਡੇ ਮੁਲਕ ਦੀ ਕਿ ਸਾਡੇ ਕੋਲ ਆਪਣੇ ਵਾਸਤੇ ਟਾਈਮ ਨਹੀਂ ਹੈ। ਇੰਡੀਆ ਨੂੰ ਤਾਂ ਹੀ ਭਾਰਤ ਨੂੰ ਕੈਪੀਟਲ ਕਿਹਾ ਜਾਂਦਾ, ਰਾਜਧਾਨੀ ਕਿਹਾ ਜਾਂਦਾ ਸ਼ੂਗਰ ਦੇ ਮਰੀਜ਼ਾਂ ਦੀ, ਪਰ ਗੱਲ ਸਭ ਤੋਂ ਵੱਡੀ ਹੈ ਕਿ ਸਿਹਤ ਨਾ ਮਿਲੇਗੀ ਦੁਬਾਰਾ। ਅਸੀਂ ਅਕਸਰ ਕਹਿੰਦੇ ਹਾਂ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਅਤੇ ਸਿਹਤ ਨਾ ਮਿਲੇਗੀ ਦੁਬਾਰਾ, ਇਸ ਕਰਕੇ ਆਪਣੀ ਸਿਹਤ ਦਾ ਵੀ ਧਿਆਨ ਰੱਖੋ। ਜੇ ਸ਼ੂਗਰ ਹੋ ਜਾਂਦੀ ਹੈ ਤਾਂ ਕੋਈ ਗੱਲ ਨਹੀਂ, ਦਵਾਈਆਂ ਅਵੇਲੇਬਲ ਨੇ, ਥੋੜ੍ਹੀ ਆਪਣੀ ਡਾਇਟ ਕੰਟਰੋਲ ਕਰੋ ਅਤੇ ਥੋੜ੍ਹਾ ਆਪਣਾ ਲਾਈਫ ਸਟਾਈਲ ਚੇਂਜ ਕਰੋ, ਫਿਰ ਸਭ ਠੀਕ ਹੈ। ਅੰਮ੍ਰਿਤਸਰ ਤੋਂ D4 ਯੂਨੀਵਰਸਿਟੀ ਦੀਪਕ ਭੰਡਾਰੀ ਖਾਸ।